ਕੇ ਦੇਖਿਆ ਦਰਵਾਜ਼ਾ ਗੁੱਲਾ ਪਿਆ ਸੀ ਤੇ ਦੋਵੇਂ ਡਿੱਗੇ ਪਏ ਸੀ। ਸਾ ਦਿਸ ਇਜ਼ ਨਾਟ ਫੇਅਰ, ਇਹ ਤਾਂ ਜ਼ਿਆਦਤੀ ਹੈ। ਮੈਂ ਤੁਹਾਡੀ ਅਸਿਸਟੈਂਟ ਹੈ ਨਾ, ਤੁਸੀਂ ਹਰ ਮਿਸ਼ਨ ਤੇ ਮੈਨੂੰ ਆਪਣੇ ਨਾਲ ਲੈ ਕੇ ਜਾਂਦੇ ਹੋ ਨਾ, ਤੇ ਇਸ ਮਿਸ਼ਨ ਤੇ ਵੀ ਤੁਸੀਂ ਮੈਨੂੰ ਆਪਣੇ ਨਾਲ ਖੁਦ ਲੈ ਕੇ ਆਏ ਸੀ ਨਾ, ਫਿਰ ਤੁਸੀਂ ਇਸ ਇੰਸਪੈਕਟਰ ਨੂੰ ਤਾਂ ਸਪੂਤਾਂ ਵਾਲੀ ਹਵੇਲੀ ਦੇ ਅੰਦਰ ਲੈ ਗਏ ਤੇ ਮੈਨੂੰ ਨਹੀਂ ਲੈ ਕੇ ਗਏ ਜਿੱਧਰ ਸਾਰਾ ਡਰਾਮਾ ਹੋ ਰਿਹਾ। ਰੋਜ਼ੀ, ਤੈਨੂੰ ਪਤਾ ਹੈ ਨਾ ਮੈਂ ਹਰ ਕੰਮ ਟਾਈਮ ਨਾਲ ਕਰਦਾ, ਔਰ ਅਜੇ ਉਹ ਟਾਈਮ ਨਹੀਂ ਆਇਆ ਕਿ ਮੈਂ ਤੈਨੂੰ ਉਸ ਹਵੇਲੀ ਵਿੱਚ ਲੈ ਕੇ ਜਾਵਾਂ। ਮੈਂ ਸੋਚਦਾ ਹਾਂ ਕਿ ਕਿਉਂ ਨਾ ਰੋਸ਼ਨ ਸੇਠ ਨੂੰ ਮਿਲੇਗਾ, ਉਹ ਵੀ ਤੇ ਇਸ ਹਵੇਲੀ ਨੂੰ ਬੜੇ ਚਾਅ ਨਾਲ ਖਰੀਦਣਾ ਚਾਹੁੰਦਾ ਸੀ। ਰੋਸ਼ਨ ਸੇਠ ਮਰ ਗਿਆ ਉੱਥੇ, ਥੋੜੀ ਦੇਰ ਪਹਿਲਾਂ ਮੈਂ ਰੋਸ਼ਨ ਸੇਠ ਨੂੰ ਮਿਲਣ ਵਾਸਤੇ ਗਿਆ ਸੀ ਹਵੇਲੀ ਦੇ ਸਿਲਸਿਲੇ ਵਿੱਚ, ਹਵੇਲੀ ਨੂੰ ਖਰੀਦਣਾ ਚਾਹੁੰਦਾ ਸੀ। ਉੱਥੇ ਜਾ ਕੇ ਦੇਖਿਆ ਰੋਸ਼ਨ ਸੇਠ ਦੀ ਲਾਸ਼ ਪਈ ਹੋਈ ਸੀ। ਚੋਰ ਗਏ ਸੀ, ਮੇਰਾ ਖਿਆਲ ਹੈ ਸਾਰੀਆਂ ਗੱਲਾਂ ਤੁਸੀਂ ਪਹਿਲਾਂ ਇਹਨਾਂ ਨੂੰ ਪੁੱਛ ਚੁੱਕੇ। ਹਾਂ ਪਰ ਜੇ ਇਹਨਾਂ ਨੂੰ ਪੁੱਛ ਹੀ ਚੁੱਕੇ ਹੋ ਤੇ ਮੇਰੇ ਕੋਲੋਂ ਪੁੱਛਣ ਦੀ ਕੀ ਲੋੜ? ਮੈਂ ਕੋਈ ਕਤਲ ਨਹੀਂ ਕੀਤਾ ਪੁੱਤਰ, ਜੋ ਕੁਛ ਉਹਨਾਂ ਨੇ ਮੈਨੂੰ ਪੁੱਛਿਆ ਸੀ ਮੈਂ ਸਾਫ ਸਾਫ ਦੱਸ ਦਿੱਤਾ, ਪਤਾ ਨਹੀਂ ਕਿਉਂ ਵਾਰ ਵਾਰ ਮੇਰੇ ਕੋਲੋਂ ਉਹੀ ਗੱਲਾਂ ਪੁੱਛੀ ਜਾ ਰਹੀ ਨੇ ਪੁੱਤਰ। ਬਾਪੂ ਜੀ ਤੁਸੀਂ ਆਰਾਮ ਨਾਲ ਬੈਠੋ, ਜੇ ਤੁਸੀਂ ਬੇਕਸੂਰ ਹੋਣਾ ਤੇ ਮੈਂ ਅਸਲੀ ਮੁਜਰਿਮ ਨੂੰ ਫੜ ਕੇ ਇਹਨਾਂ ਦੇ ਹਵਾਲੇ ਕਰਕੇ ਤੁਹਾਨੂੰ ਇੱਥੋਂ ਬਾ ਇੱਜ਼ਤ ਲੈ ਕੇ ਜਾਵਾਂਗਾ। ਤੁਹਾਡੇ ਕਹਿਣ ਦਾ ਮਤਲਬ ਅਸਲੀ ਮੁਜਰਿਮ ਕੋਈ ਹੋਰ ਹੈ? ਹਾਂ ਮੇਰਾ ਖਿਆਲ ਹੈ ਕਿ ਅਸਲੀ ਮੁਜਰਿਮ ਕੋਈ ਹੋਰ ਹੈ, ਪਰ ਉਹ ਚੌਕੀਦਾਰ ਦੀ ਗਵਾਹੀ। ਇਸੇ ਕਰਕੇ ਇੰਸਪੈਕਟਰ ਅਜੇ ਮੈਂ ਇਹਨਾਂ ਨੂੰ ਇੱਥੇ ਛੱਡ ਕੇ ਜਾ ਰਿਹਾ, ਪਰ ਇੱਕ ਗੱਲ ਦਾ ਖਿਆਲ ਰੱਖਣਾ, ਚੌਕੀਦਾਰ ਨੇ ਸਿਰਫ ਇਹਨਾਂ ਨੂੰ ਫੈਕਟਰੀ ਤੋਂ ਬਾਹਰ ਆਉਂਦੇ ਹੋਏ ਦੇਖਿਆ, ਕਤਲ ਕਰਦੇ ਹੋਏ ਨਹੀਂ, ਤੇ ਇਹਨਾਂ ਨੂੰ ਅਸੀਂ ਸਿਰਫ ਸ਼ੱਕ ਦੀ ਬਿਨਾਹ ਤੇ ਲਿਆਂਦਾ ਹੋਇਆ, ਠੋਸ ਸਬੂਤ ਸਾਡੇ ਕੋਲ ਕੋਈ ਨਹੀਂ। ਹਾਂ ਉਹ ਤਾਂ ਠੀਕ ਹੈ ਪਰ ਮਤਲਬ ਹੁਣ ਸਾਨੂੰ ਸਬੂਤ ਚਾਹੀਦਾ। ਬਸ ਪੋਸਟਮਾਰਟਮ ਦੀ ਰਿਪੋਰਟ ਕੀ ਕਹਿੰਦੀ? ਬਹੁਤ ਨੇੜਿਓਂ ਕਿਸੇ ਨੇ ਰੋਸ਼ਨ ਸੇਠ ਦੇ ਸਿਰ ਤੇ ਗੋਲੀ ਮਾਰੀ ਤੇ ਗੋਲੀ ਕਿਸੇ ਦੇਸੀ ਪਿਸਤੌਲ 'ਚ ਚੱਲੀ ਲੱਗ ਗਈ। ਤੇ ਮੌਤ ਕਿੰਨੇ ਕੁ ਵਜੇ ਹੋਈ? ਕੋਈ 2-3 ਵਜੇ ਦੇ ਵਿੱਚ। 2-3 ਦੇ ਵਿੱਚ ਤਾਂ ਬਾਪੂ ਜੀ, ਖੈਰ ਚੌਕੀਦਾਰ ਨੇ ਕਿਸ ਕੁ ਵੇਲੇ ਰਿਪੋਰਟ ਕੀਤੀ ਤੁਹਾਨੂੰ? ਕੋਈ 3:30-4 ਵਜੇ। ਇੰਸਪੈਕਟਰ ਤੁਸੀਂ ਮੇਰੀ ਥੋੜ੍ਹੀ ਜਿਹੀ ਮਦਦ ਕਰ ਸਕਦੇ ਹੋ? ਕਰਨੀ ਤਾਂ ਪਏਗੀ ਕਿਉਂਕਿ ਤੁਸੀਂ ਪੁਲਿਸ ਦੀ ਅਕਸਰ ਹੀ ਮਦਦ ਕਰਦੇ ਹੋ। ਠੀਕ ਹੈ ਦੱਸੋ। ਮੈਂ ਬਾਪੂ ਜੀ ਨਾਲ ਇਕੱਲਿਆ 5-7 ਮਿੰਟ ਗੱਲ ਕਰਨੀ ਚਾਹੁੰਦਾ। ਠੀਕ ਹੈ ਪਰ ਇੱਕ ਗੱਲ ਦਾ ਖਿਆਲ ਰੱਖਣਾ। ਓਕੇ ਜੀ। ਕਿ ਇਹ ਸਿਰਫ ਤੁਹਾਡੇ ਦੋਸਤ ਦੇ ਬਾਪੂ ਜੀ ਨਹੀਂ ਬਲਕਿ ਕਾਨੂੰਨ ਦੀ ਨਜ਼ਰਾਂ ਵਿੱਚ ਇੱਕ ਮੁਜਰਮ ਨੇ ਤੇ ਇਸ ਟਾਈਮ ਮੇਰੀ ਹਿਰਾਸਤ ਵਿੱਚ ਨੇ। ਯੂ ਨੋ ਇਟ ਇੰਸਪੈਕਟਰ, ਮੈਂ ਨੌਕਰੀ ਤੇ ਰਿਸ਼ਤੇ ਕਦੀ ਪਾਰੇ ਨਹੀਂ ਪੈਣ ਦਿੱਤੇ। ਮੈਂ ਬਸ ਥੋੜ੍ਹੀ ਜਿਹੀ ਇਨਫੋਰਮੇਸ਼ਨ ਲੈਣੀ ਹੈ ਬਾਪੂ ਜੀ ਤੋਂ, ਤੁਸੀਂ ਜਰਾ ਪਲੀਜ਼ ਇੰਸਪੈਕਟਰ। ਓਕੇ। ਬਾਪੂ ਜੀ ਰੋਸ਼ਨ ਸੇਠ ਦੇ ਨਾਲ ਹਵੇਲੀ ਵਿੱਚ ਦੀ ਗੱਲਬਾਤ ਚੱਲ ਰਹੀ ਸੀ, ਇਸ ਗੱਲ ਦਾ ਕਿਸੇ ਹੋਰ ਨੂੰ ਵੀ ਪਤਾ ਸੀ? ਹਾਂ ਪੁੱਤਰ, ਇੰਦਰ ਦੇ ਤਾਏ ਨੂੰ ਪਤਾ ਸੀ, ਔਰ ਇੰਦਰ ਦਾ ਤਾਇਆ ਇੱਕ ਦਿਨ ਆਇਆ ਵੀ ਸੀ ਤੇ ਬਲਜੀਤ ਉਸਦੇ ਨਾਲ ਸੀ। ਰੇਸ਼ਮ ਹੋ ਰੇਸ਼ਮਾ ਭਾਜੀ ਆ ਜਾਓ। ਭਾਜੀ ਸਤਿ ਸ਼੍ਰੀ ਅਕਾਲ ਜੀ। ਜਿੰਦਾ ਰਹਿ ਪੁੱਤ, ਰੱਬ ਤੈਨੂੰ ਸਮਾਤ ਬਖਸ਼ੇ ਪੁੱਤ।
ਇਹਨੂੰ ਬੇਵਕੂਫ ਨੂੰ ਕਿੱਥੇ ਅਕਲ ਆਉਣੀ ਹੈ? ਰੇਸ਼ਮਾ, ਇੰਦਰ ਨਹੀਂ ਨਜ਼ਰ ਆ ਰਿਹਾ ਕਿਤੇ? ਬਸ ਭਾਅ ਜੀ ਇੱਥੇ ਸੀਗਾ। ਦੱਸੋ ਤੁਸੀਂ, ਅਸਾਂ ਸੁਣਿਆ ਸੀ ਕਿ ਤੂੰ ਹਵੇਲੀ ਅਤੇ ਉਹਦੇ ਨਾਲ ਲੱਗਦੀ ਜ਼ਮੀਨ ਵੇਚਣ ਦਾ ਫੈਸਲਾ ਕੀਤਾ। ਹਾਂਜੀ ਭਾਅ ਜੀ, ਕਰੀਏ ਤਾਂ ਕੀ ਕਰੀਏ, ਹਵੇਲੀ ਵਿੱਚ ਤਾਂ ਰੋਜ਼ ਕੋਈ ਨਾ ਕੋਈ ਮੁਸੀਬਤ ਖੜੀ ਰਹਿੰਦੀ ਹੈ। ਮੈਂ ਤਾਂ ਤੈਨੂੰ ਪਹਿਲਾਂ ਹੀ ਕਿਹਾ ਸੀ ਰੇਸ਼ਮਾ ਕਿ ਉਹ ਹਵੇਲੀ ਅਤੇ ਤੇਰੀ ਕਿਸਮਤ ਦਾ ਕੋਈ ਮੇਲ ਨਹੀਂ, ਮੇਰੇ ਹਵਾਲੇ ਕਰ ਛੱਡ। ਹੁਣ ਵੀ ਕੀ ਵਿਗੜਿਆ, ਸਾਰੇ ਪਿੰਡ ਵਿੱਚੋਂ ਕਿਸੇ ਕੰਜਰ ਨੇ ਉਹ ਹਵੇਲੀ ਨਹੀਂ ਖਰੀਦਣੀ, ਆਹ ਭੂਤ ਫੇਰੀ ਨੇ ਜੋ ਚੱਕਰ ਪਾਇਆ ਹੈ। ਤੂੰ ਇੱਦਾਂ ਕਰ, ਜਿਹੜਾ 2-4 ਲੱਖ ਰੁਪਇਆ ਲੈਣਾ ਲੈ ਮੈਥੋਂ ਅਤੇ ਕਰ ਮੇਰੇ ਹਵਾਲੇ ਹਵੇਲੀ ਨੂੰ। ਭਾਅ ਜੀ ਸੋਚਿਆ ਤਾਂ ਭਾਅ ਜੀ ਮੈਂ ਵੀ ਇਹੋ ਸੀ, ਪਰ ਪਰ ਕੀ ਉਹ ਯਾਰ ਹਵੇਲੀ ਘਰ ਦੀ ਘਰ 'ਚ ਰਹਿ ਜੂ ਅਤੇ ਤੂੰ ਵੀ ਕਿੱਥੇ ਗਾਹਕ ਲੱਭਦਾ ਫਿਰੇਂਗਾ। ਉਹ ਤਾਂ ਠੀਕ ਹੈ ਭਾਅ ਜੀ, ਪਰ ਉਹ ਇੰਦਰ ਨਹੀਂ ਮੰਨਦਾ। ਭਾਅ ਜੀ ਇੰਦਰ ਨਹੀਂ ਮੰਨਦਾ? ਕੀ ਹਵੇਲੀ ਵੇਚਣ ਨੂੰ ਨਹੀਂ ਮੰਨਦਾ ਉਹ? ਨਹੀਂ ਭਾਅ ਜੀ, ਵੇਚਣ ਨੂੰ ਤਾਂ ਤਿਆਰ ਹੋ ਗਿਆ, ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਪ੍ਰੀਤੀ ਨੇ ਮਨਾ ਲਿਆ, ਪਰ ਉਹ ਕਹਿੰਦਾ ਹੈ ਕਿ ਤੁਹਾਨੂੰ ਨਹੀਂ ਵੇਚਣੀ। ਭਾਅ ਜੀ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਕਿ ਉਹਨੇ ਕੋਈ ਨਾ ਕੋਈ ਪੰਗਾ ਪਾਉਣਾ ਹੀ ਪਾਉਣਾ। ਤੂੰ ਐਵੇਂ ਬਕਵਾਸ ਨਾ ਕਰ, ਮੂੰਹ ਬੰਦ ਰੱਖ ਆਪਣਾ, ਮੈਂ ਗੱਲ ਕਰਨ ਆ ਨਾ। ਨਹੀਂ ਭਾਅ ਜੀ, ਗੱਲ ਕਰਨ ਦਾ ਕੋਈ ਫਾਇਦਾ ਨਹੀਂ ਹੈ। ਭਾਅ ਜੀ ਇੰਦਰ ਕਹਿੰਦਾ ਹੈ ਕਿ ਹੋਰ ਜਿਹਨੂੰ ਮਰਜ਼ੀ ਹਵੇਲੀ ਵੇਚ ਦਿਓ, ਪਰ ਤੁਹਾਨੂੰ ਨਹੀਂ ਵੇਚਣੀ। ਭਾਅ ਜੀ ਇਹ ਤਾਂ ਫਿਰ ਮਾੜੀ ਗੱਲ ਹੈ ਨਾ ਰੇਸ਼ਮਾ, ਗਾਹ ਕਿੱਥੋਂ ਲੈ ਕੇ ਆਓਗੇ? ਖੈਰ ਇਹ ਤਾਂ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ, ਰੋਸ਼ਨ ਸੇਠ ਹਵੇਲੀ ਖਰੀਦਣ ਨੂੰ ਤਿਆਰ ਆ ਅਤੇ ਮੂੰਹ ਮੰਗੀ ਕੀਮਤ ਦੇਣ ਨੂੰ ਵੀ ਤਿਆਰ ਹੈ। ਭਾਅ ਜੀ ਇਹਦਾ ਮਤਲਬ ਇਹ ਕਿ ਤੂੰ ਪੈਸਿਆਂ ਦੇ ਮੂੰਹ ਲੱਗੇਗਾ, ਖੂਨ ਦੇ ਰਿਸ਼ਤੇ ਨਾਲੋਂ ਜ਼ਿਆਦਾ ਤੈਨੂੰ ਪੈਸੇ ਪਿਆਰੇ ਹੋ ਗਏ, ਉਹ ਸਿਰ ਤੇਰਾ ਬਹੁਤਾ ਨੇੜੇ ਹੋ ਗਿਆ ਇਸ ਭਰਾ ਨਾਲੋਂ। ਭਾਅ ਜੀ ਬਸ ਮੇਰੀ ਮਜ਼ਬੂਰੀ ਹੈ। ਛੱਡ ਬਾਪੂ, ਮੈਂ ਤਾਂ ਤੈਨੂੰ ਪਹਿਲਾਂ ਕਿਹਾ ਸੀ ਕਿ ਕੋਈ ਫਾਇਦਾ ਨਹੀਂ ਇੱਥੇ ਆਉਣ ਦਾ, ਇਹਨਾਂ ਹਵੇਲੀ ਸਾਨੂੰ ਦੇਣੀ ਨਹੀਂ ਅਤੇ ਆਪਾਂ ਹਵੇਲੀ ਛੱਡਣੀ ਨਹੀਂ। ਮਾਏ ਵੇਖਦਾ ਕਿੱਦਾਂ ਦਿੰਦੇ ਆ ਸੇਠ ਨੂੰ ਹਵੇਲੀ। ਐਵੇਂ ਗੁੱਸਾ ਨਾ ਕਰ, ਅਸਾਂ ਆਪਣਾ ਫਰਜ਼ ਨਿਭਾ ਤਾ ਇਹਨੂੰ ਕਹਿ ਕੇ, ਉਹ ਬਾਕੀ ਇਹਨਾਂ ਨੂੰ ਸੋਚਣ ਦਾ ਮੌਕਾ ਦੇ। ਕਾਹਦਾ ਮੌਕਾ ਦੇਣਾ, ਉਹਨੇ ਦੇਣ ਦੇਣੀ ਹਵੇਲੀ ਇੰਦਰ ਨੇ ਸਾਨੂੰ, ਹੁਣ ਲੈ ਲੈਣ ਦਿਓ ਸੇਠ ਨੂੰ ਹਵੇਲੀ। ਮਾਏ ਵੇਖਦਾ ਕਿੱਦਾਂ ਵੇਚਦਿਆਂ ਨੂੰ। ਆ ਜਾ ਚੱਲੀਏ ਬਾਪੂ। ਚੰਗਾ ਫਿਰ। ਮਤਲਬ ਤਾਏ ਅਤੇ ਬਲਜੀਤ ਨੂੰ ਵੀ ਇਸ ਗੱਲ ਦਾ ਪਤਾ ਸੀ? ਹਾਂ। ਅਤੇ ਬਲਜੀਤ ਨੇ ਤੁਹਾਨੂੰ ਧਮਕੀ ਵੀ ਦਿੱਤੀ ਸੀ? ਹਾਂ ਪੁੱਤਰ। ਠੀਕ ਹੈ ਬਾਪੂ ਜੀ, ਤੁਸੀਂ ਚਿੰਤਾ ਨਾ ਕਰੋ ਪੁੱਤਰ, ਜੋ ਕੁਛ ਕਰਨਾ ਛੇਤੀ ਕਰ, ਮੈਨੂੰ ਇੱਥੋਂ ਕੱਢ ਪੁੱਤਰ। ਅਸੀਂ ਹਵੇਲੀ ਦਾ ਨਾਂ ਹੀ ਨਹੀਂ ਲਵਾਂਗੇ, ਅਸੀਂ ਹਵੇਲੀ ਦੀ ਗੱਲ ਹੀ ਨਹੀਂ ਕਰਾਂਗੇ, ਪਰ ਮੈਨੂੰ ਇੱਥੋਂ ਛੁਡਾ ਦਿਓ ਪੁੱਤਰ। ਬਾਪੂ ਜੀ ਹੌਸਲਾ ਰੱਖੋ, ਹੌਸਲਾ ਰੱਖੋ, ਬਸ ਥੋੜ੍ਹਾ ਜਿਹਾ ਵਕਤ ਦਿਓ ਮੈਨੂੰ, ਮੈਨੂੰ ਤਾਏ ਨੂੰ ਇੱਕ ਵਾਰੀ ਜ਼ਰੂਰ ਮਿਲਣਾ ਪਏਗਾ। ਹੈਲੋ, ਹਾਂ ਰੋਜ਼ੀ, ਕੀ? ਅੱਛਾ ਠੀਕ ਹੈ, ਤੂੰ ਉਹਨਾਂ ਦੇ ਨਜ਼ਰ ਰੱਖ ਜਾ।
की होया है? बापू जी हाले छड़ा नहीं उन्होंने। कोई नहीं, चिंता वाली कोई गल नहीं, छड़ देंगे। समझ नहीं आ रही भी होया की है। अंदर होना की सीगा। चौकीदार ने कितने बापू जी रोशन सेठ के दफ्तरों बहर आते हुए देखा, तो उस तो बाद जो कि अंदर गया तो उन्हें रोशन सेठ की लाश वेखी। बस यही बयान उन्हें पुलिस को देता। फिर पुलिस का इस तो बाद बापू जी को गिरफ्तार करना तो बनता ही सी ना? नहीं नहीं, बापू जी ने कोई खून नहीं किया, वह तो इस तरह ने काम कर ही नहीं सकते। मैं पता है बापू जी ने कोई खून नहीं किया, पर उन्होंने बेगुनाह साबित करने लिए असली मुजरिम तक तो पहुँचना पैना ना। पर असली मुजरिम है कौन? कोई भी हो सकता, थोड़ा ताया भी हो सकता, वह मुंडा बल्ली भी हो सकता, तो रविंदर भी, क्योंकि ये सारे जाने थोड़ी हवेली खरीदना चाहते थे ना, तो तुम रोशन सेठ को यह हवेली बेचना चाहते थे। ये नहीं सी चाहते कि रोशन सेठ यह हवेली खरीदे। ताए या बल्ली का काम हो सकता है? रविंदर का भी हो सकता है। रविंदर वो किदा? उन्हें भी तो साढ़े पिंड चांद तो रुकवाण की कोशिश की थी ना, तो फिर साढ़े उत्ते हमला भी करवाया से। वो हमला रविंदर ने करवाया से? हाँ, तो जी मोटरसाइकिल उत्थे छड़ गए ना दोवें जाने, वह भी रविंदर दी सी। मोटरसाइकिल रविंदर दी सी? हाँ, रोजी ने खुद देखी सी वह मोटरसाइकिल ते कार जी उस दिन उन्हें दोवें जाने लैके दौड़ी सी। ए, रोजी कितने? मैं आप ही उन्होंने रविंदर से नज़र रख ले गया सीगा, उन्हें थोड़ी देर पहला फोन से मेरी गल हुई। इस वेले तक कितने होगी? मैं उन्हें पता कर लूँगा। फोन ऑफ है? रोजी तो फोन कदे ऑफ ही नहीं कर दी। खैर कोई गल नहीं, मैं पहला चौकीदार मिला ना, ठीक है? मैं चला ना? नहीं, तू प्रीत का ख्याल रख, मैं आपे गल कर लाना। एक ही पाना वापर गया मेरे पुत्रों। प्रीत की गल की हुई? रेशम ने तो कभी कीड़ी तक नहीं मारी, वो इस चक्कर किदा फस गया? बापू जी ने कुछ नहीं किया ताया जी, वो तो बस उथे जान दे ही चोर हुए ने। ना उन्हें उथे जान की लोड़ की सी, एक सिर्फ हवेली वेचनी सी ना। मैं तो उन्होंने कहा सी कि हवेली मैनू दे दे, पैसे मैं दे देना, पर नहीं, वो कहते ने कि हूँ इन कौन टाल सकता। वैसे ताया जी हूँ टल भी सकती सी, जो जमीन तो हवेली तुहानू वेच देंदे। की मतलब है तेरा? मतलब आए तो सी उस दिन तुसी हवेली खरीदन, जे बापू जी तुहानू उस दिन हवेली दे देंदे ते उन्हां नू रोशन सेठ कोल जाण दी लोड़ ही ना पैंदी, ना वो रोशन सेठ को जाते, तो ना ही रोशन सेठ के कतल का ना इन्हों का लगता। पर मनिया नहीं ना वो, ताकि खट लिया ना मन के, हुण वेच लिया जिन्हों वेचनी है हवेली। पर भूत बंगला तुहानू बड़ा पसंद है, नाले तुसी ये हवेली वैसे भी रोशन सेठ नू खरीदन नहीं सी देनी। यही कह के गया सी ना तू उस दिन कि मैं वेखदा कि वह हवेली किदा लैंदा? वो इत्थे बकवास करता रहिंदा जी, इहदी गल दा कोई मतलब थोड़ा हुंदा है। मतलब तो निकलता ताया जी, पूरा मतलब निकलता। इन्हें कहा सी ना उस दिन कि रोशन सेठ ये हवेली नहीं खरीदेगा, वेख लो नहीं खरीद सकिया, उन्हें पहले किसी ने मारता। मतलब की है तुहाडा? कुछ नहीं, जदों तक सबूत हाथ विच ना आए मेरा कोई मतलब नहीं हुंदा, तो जदों सबूत हाथ विच आ जाए उदों मतलब आपे ही समझ आ जांदा। फिर लब्भो ना सबूत। वैसे रविंदर नाल बड़िया मीटिंगा होंदियां तुहाडियां, बड़िया डूंगियां डूंगियां गल्लां करदे उहदे नाल? ओह कुछ नहीं पुत्र, कुछ नहीं, वो तो बस एवें ही, इन्हां लोकां दा प्यार है उहदे नाल, इस करके। वैसे मैं तो उहनूं मूंह भी नहीं लाउंदा, पर बलजीत तो मूँह लाउंदा है ना। क्यों बलजीत? मैं कड़ा मुकरदा, पिंड दा बहुत बार बंदा है, एमएलए दा साला, बनी बनाई है साडी उहदे नाल। पर कई बार ये बनी बनाई उठी भी पै जांदी है। यार ये तुहाडा घर दा मामला, मैं इहदे च कुछ नहीं कह सकदा, पर एक गल दा ख्याल रखना, कोई ऐसा कदम ना चुक बैठना जिहदे नाल तुहानूं कोई नुकसान हो। मैं चलता। वेख इंद्र पुत्र, तेरा ये दोस्त जो मर्जी कहंदा फिरे, पर तू मन ते गल नहीं लाउणी। मैं ताया तेरा कोई दुश्मन थोड़ा है? जिथों तक हवेली की गल है, वो मैं पहले भी खरीदनी चाहुंदा सा, हुण भी खरीदनी चाहुंदा, पर इस तरीके कदे नहीं कि जिहदे नाल तैनू या तेरे बापू नू खां खां दे किसे चक्कर च पैना पै जाए। फिर बापू जी ने छुड़वा लिया ना ताया जी? मैं छुड़वा के लियावांगा,
जे रेशम ने कुछ नहीं किया तो जू छुट जाएगा। पर कानून ने ता सबूत मंगना है ना, सबूत। तू चपरी रहा सेरा कंजा। मैं की फट मारता है। मैं ले आनी हूँ। हेलो मैडम। तुसी दोनों पहचान लिया ना? मतलब हवेली चो चोरी सब ड्रामा से? जी हाँ, ते चोरी करन तो पहला हवेली दे बाहर सखमी हालत टिके पाए। अच्छा? हाँ जी। ए सारी खेड़ तुसी रचाइए? जी नहीं, असी भी बस खेड़ ही रहे हैं। जीवे के तुसी खेड़ रहे हो, तुसी ते तुहाडा ओ साथी। असली खेड़ रचान वाला ता कोई हो रही है। कौन है? लब लो, तुसी भी तानू लब्बन ही आए सी इत्थे। लब ता मैं लेना ही सी, पर जेड़े मेरे हाथ बन के तुसी मेनू अपाहिज जया बना देते ना। अजय किथे, अजय अपाहिज कीता ही किथे है तुहानू? अजय ता पता नहीं की होना तुहाडे नाल। एदा फैसला ता हुण ओही करू। ओही? ओही कौन? ओही जिन्ने सारी खेड़ रचाई है, नाले हल्ले उन्हें तुहाडे दूजे साथी नू काबू करना है, फिर कट्ठे फैसला करांगे। उदो तक तुसी आराम करो। असी आने हां। चल वे। पहला फोन ऑफ सीगा पर हुन तो ऑन है, चुक क्यों नहीं रही है? सर सामने की तरह से साहब जी ने मिलना है जी, पर इन्हें बेचारे की पता कि साहब जी हुन रहे नहीं। पर ये दोनों जने तो चोर ने, हवेली में चोरी करना है सी, और वो भी उस हवेली में जड़ी हवेली नू सेठ रोशन लाल खरीदना चाहता है। पहले भी कभी इत्थे आए ना? एक दो बारी देखे जरूर ने जी, पर ये तो अक्सर कम मंगन आते जी। अज भी बेचारे कम मंगन आए सी, पर उन्हें बेचारे की पता कि साहब जी हुन रहे नहीं जी। ਕਰ ਤੈਨੂੰ ਮੈਂ ਪਤਾ ਕਿ ਇਹ ਦੋਵੇਂ ਜਾਣੇ ਗਏ ਕਿੱਥੇ ਹੋਣਗੇ? ਨਹੀਂ ਜੀ, ਮੈਨੂੰ ਕੀ ਪਤਾ ਸੀ ਸਾਹਿਬ ਕਿੱਥੇ ਗਏ ਨੇ ਉਹ। ਕੋਈ ਨਹੀਂ, ਤੂੰ ਚੱਲ ਅੰਦਰ, ਮੈਂ ਆਪੇ ਪਤਾ ਲਾ ਦਿੰਦਾ।